ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਨਵਦੀਪ ਧਾਲੀਵਾਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਕੁਝ ਅਹਿਮ ਸੁਰਖੀਆਂ ਤੇ। ਲੁਧਿਆਣਾ ਦੇ ਪਿੰਡ ਲਾਡੋਵਾਲ ਪਹੁੰਚੀ ਹਰਸਿਮਰਤ ਬਾਦਲ ਨੇ ਕੀਤਾ ਮੈਗਾ ਫੂਡ ਪਾਰਕ ਦਾ ਦੌਰਾ। ਕੈਪਟਨ ਸਰਕਾਰ ਤੇ ਸਾਦੇ ਨਿਸ਼ਾਨੇ, ਕਿਹਾ ਸਰਕਾਰ ਪ੍ਰੋਜੈਕਟ ਤੇ ਕਰ ਰਹੀ ਹੈ ਦੇਰੀ। ਵਿਰਾਸਤ ਏ ਖਾਲਸਾ ਨੂੰ ਲੈ ਕੇ ਪੰਜਾਬੀ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ। ਲਿਮਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਹੋਇਆ ਵਿਰਾਸਤ ਏ ਖਾਲਸਾ ਦਾ ਨਾਮ। ਪੱਤਰਕਾਰ ਛੱਤਰਪਤੀ ਕਤਲਕਾਂਡ ਮਾਮਲੇ ਦੇ ਵਿੱਚ ਰਾਮ ਰਹੀਮ ਸਣੇ ਚਾਰ ਦੋਸ਼ੀ ਕਰਾਰ। ਪੰਚਕੂਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫੈਸਲਾ, 17 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ। ਅਤੇ ਪਾਕਿਸਤਾਨ ਦੇ ਵਿੱਚ ਸਿੱਖ ਬਣਿਆ ਰਾਜਪਾਲ ਦਾ ਲੋਕ ਸੰਪਰਕ ਅਧਿਕਾਰੀ ਪਵਨ ਸਿੰਘ। ਪਹਿਲਾਂ ਨਨਕਾਣਾ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਤੈਨਾਤ ਸਨ ਲੋਕ ਸੰਪਰਕ ਅਧਿਕਾਰੀ ਵਜੋਂ। ਹੁਣ ਖਬਰਾਂ ਵਿਸਥਾਰ ਦੇ ਨਾਲ। ਲੁਧਿਆਣਾ ਦੇ ਪਿੰਡ ਲਾਡੋਵਾਲ ਦੇ ਵਿੱਚ ਸਥਿਤ ਮੈਗਾ ਫੂਡ ਪਾਰਕ ਦਾ ਨਿਰੀਖਣ ਕਰਨ ਦੇ ਲਈ ਪਹੁੰਚੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਨੇ ਕਿਹਾ ਕਿ ਜਾਣ ਬੁੱਝ ਕੇ ਇਸ ਪਾਰਕ ਨੂੰ ਮੁਕੰਮਲ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਹੋਰ ਕੀ ਕਹਿਣਾ ਹਰਸਿਮਰਤ ਕੌਰ ਬਾਦਲ ਦਾ ਜਾਣਦੇ ਹਾਂ। ਜੀ ਕਿਸੇ ਨੇ ਅਪਲਾਈ ਨਹੀਂ ਕੀਤਾ ਤੇ ਮੈਂ ਸਿੱਧਾ ਸਿੱਧਾ ਇਲਜ਼ਾਮ ਲਾਉਂਦੀ ਹਾਂ ਕਿਉਂਕਿ ਕੈਪਟਨ ਸਾਹਿਬ ਨੂੰ ਮੈਂ ਇੱਕ ਨਹੀਂ ਸੈਂਕੜੋ ਚਿੱਠੀਆਂ ਲਿਖੀਆਂ ਨੇ ਕਿ ਜਿਵੇਂ ਮੇਰਾ ਬਠਿੰਡਾ ਦਾ ਏਮਜ਼ ਇਹਨਾਂ ਨੇ ਲੇਟ ਕੀਤਾ ਜਾਣ ਬੁੱਝ ਕੇ, ਇਹ ਸਰਕਾਰ ਹੁਣ ਇਸ ਪਾਕ ਨੂੰ ਵੀ ਲੇਟ ਕਰ ਰਹੀ ਹੈ ਕਿਤੇ ਹਰਸਿਮਰਤ ਬਾਦਲ ਵੱਲੋਂ ਇਹਦਾ ਉਦਘਾਟਨ ਹੋ ਕੇ ਇਹਦਾ ਕ੍ਰੈਡਿਟ ਅਕਾਲੀ ਦਲ ਨੂੰ ਸ਼੍ਰੇ ਨਾ ਮਿਲ ਜਾਏ ਤੇ ਸਾਨੂੰ ਸ਼੍ਰੇ ਨਾ ਦੇਣ ਦੇ ਚੱਕਰ 'ਚ ਮੈਂ ਸਮਝਦੀ ਹਾਂ ਹਜ਼ਾਰਾਂ ਨੌਜਵਾਨਾਂ ਨੂੰ ਇਸ ਗੱਲ ਤੋਂ ਵਾਂਝਾ ਰੱਖ ਰਹੇ ਜਿਹੜੇ ਨੌਕਰੀ ਲੱਭਦੇ ਫਿਰਦੇ ਨੇ ਘਰ ਘਰ ਨੌਕਰੀ ਕੀਤੇ ਇੱਥੇ ਮਿਲਦੀਆਂ ਨੇ ਨੌਕਰੀਆਂ ਤੇ ਇੱਥੇ ਪਾਕ ਨਹੀਂ ਲੱਗਣ ਦੇ ਰਹੇ। ਕਿਸਾਨਾਂ ਦਾ ਕਰਜ਼ਾ ਮਾਫ ਕੀ ਕਰਨਾ, ਇਸ ਇੰਡਸਟਰੀ ਦਾ ਰੋ ਮਟੀਰੀਅਲ ਕਿਸਾਨ ਦੀ ਫਸਲ ਹੋਊਗੀ, ਪਾਰਟਨਰਸ਼ਿਪ ਇੰਡਸਟਰੀ ਤੇ ਕਿਸਾਨ ਦੇ ਵਿੱਚ ਹੋਊਗੀ। ਅੱਜ ਆਲੂ ਸੜਕਾਂ 'ਚ ਸਿੱਟ ਰਹੇ ਨੇ, ਇੱਥੇ ਇੰਨੀ ਵੱਡੀ ਬਾਲਾਜੀ ਪੋਟੇਟੋ ਦੀ ਇੰਡਸਟਰੀ ਮੈਂ ਲੈ ਕੇ ਆਈ ਹਾਂ ਜਿਹੜਾ ਦੇਸ਼ ਸਾਊਥ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਹੈਗੀ, ਇਕੱਲੇ ਆਲੂ ਦੇ ਚਿਪਸ ਬਣਾਉਂਦੀ ਹੈ, ਕਿੰਨਾ ਫਾਇਦਾ ਹੋਊਗਾ। ਲੇਕਿਨ ਜੇ ਪਾਕ ਤਿਆਰ ਕਰਨਗੇ ਤਾਂ ਸਾਰੀ ਚੀਜ਼ਾਂ ਸ਼ੁਰੂ ਹੋਣਗੀਆਂ। ਸੋ ਇਹ ਜਾਣ ਬੁੱਝ ਕੇ ਤੁਸੀਂ ਦੇਖਿਆ ਕਿ ਮਾਰਚ ਤੋਂ ਲੈ ਕੇ ਹੁਣ ਅਗਲਾ ਮਾਰਚ ਆਉਣ ਲੱਗੇ ਇਹਨਾਂ ਤੋਂ ਮਸ਼ੀਨਾਂ ਵਾਸਤੇ ਟੈਂਡਰ ਹੀ ਨਹੀਂ ਹੋ ਰਿਹਾ ਤੇ ਇਹ ਬਿਲਕੁਲ ਮੇਰੇ ਵਾਸਤੇ ਕਲੀਅਰ ਹੈ ਕਿ ਇਹ ਪਾਕ ਨੂੰ ਰੋਕਣ ਵਾਸਤੇ ਲੋਕਾਂ ਦਾ ਨੁਕਸਾਨ ਕਰਨ ਨੂੰ ਤਿਆਰ ਹੈ ਕਿ ਅਕਾਲੀ ਦਲ ਨੂੰ ਫਾਇਦਾ ਨਾ ਹੋ ਜਾਵੇ। ਸੋ ਬਹੁਤ ਦੁੱਖ ਦੀ ਗੱਲ ਹੈ, ਅਫਸੋਸ ਦੀ ਗੱਲ ਹੈ। ਮੈਂ ਸੋਚਿਆ ਸੀ ਕਿ ਸਰਕਾਰ ਆਉਂਦੀ ਹੈ ਉਹ ਆਪਣੇ ਲੋਕਾਂ ਦਾ ਭਲਾ ਕਰਨਾ ਚਾਹੁੰਦੀ ਤਾਂ ਸਰਕਾਰ ਕਲੀਅਰੈਂਸਿਸ ਛੇਤੀ ਦੇ ਕੇ ਛੇਤੀ ਤਿਆਰ ਕਰ ਦੂਗੀ। ਪ੍ਰਾਈਵੇਟ ਲੋਕਾਂ ਨੂੰ ਤਾਂ ਸਰਕਾਰਾਂ ਤੋਂ ਕਲੀਅਰੈਂਸਿਸ ਲੈਣਾ ਹੁੰਦਾ, ਉਹ ਕੰਮ ਸਲੋ ਚੱਲਦਾ ਹੈ। ਲੇਕਿਨ ਆਹ ਤਾਂ ਮੈਂ ਦੇਖਿਆ ਕਿ ਇੱਥੇ ਪ੍ਰਾਈਵੇਟ ਲੋਕ ਫਾਸਟ ਕਰੇ ਤਾਂ ਸਰਕਾਰ ਨੂੰ ਜਿਵੇਂ ਆਪਾਂ ਦੇਖਿਆ ਕੋਈ ਇੰਟਰਸਟ ਹੀ ਨਹੀਂ ਹੈ। ਉਧਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਮਹਾਗਠਜੋੜ ਬਣਾਇਆ ਜਾ ਸਕਦਾ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਆਮ ਆਦਮੀ ਪਾਰਟੀ ਤੇ ਇਸ ਤੋਂ ਬਾਕੀ ਹੋ ਕੇ ਵੱਖ ਹੋਏ ਲੀਡਰ ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦਰਮਿਆਨ ਗਠਜੋੜ ਹੋ ਸਕਦਾ ਤੇ ਇਸ ਦੀ ਖੁਆਇਸ਼ ਖੁਦ ਸੁਖਪਾਲ ਸਿੰਘ ਖਹਿਰਾ ਨੇ ਜ਼ਾਹਿਰ ਕੀਤੀ ਹੈ। ਪਾਰਟੀਆਂ ਨੇ ਪੰਜਾਬ ਨੂੰ ਬਿਲਕੁਲ ਤਬਾਹੀ ਦੇ ਕੰਢੇ ਤੇ ਪਹੁੰਚਾ ਦਿੱਤਾ। 2.5 ਲੱਖ ਕਰੋੜ ਦਾ ਕਰਜ਼ਾ, ਕਿਸਾਨਾਂ ਦੀ ਆਤਮ ਹੱਤਿਆਵਾਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ 3 ਸਾਲ ਹੋ ਗਏ, ਕੋਈ ਇਨਸਾਫ ਪਸੰਦੀ ਨਹੀਂ। ਬਹਿਬਲ ਕਲਾਂ 'ਚ ਗੋਲੀਕਾਂਡ ਚੱਲਿਆ, ਕੋਈ ਇਨਸਾਫ ਪਸੰਦੀ ਨਹੀਂ। ਇਹਨਾਂ ਨੂੰ ਸੱਤਾ ਤੋਂ ਪਰੇ ਕਰਨ ਵਾਸਤੇ, ਲੋਕ ਸਭਾ ਦੇ ਵਿੱਚ ਇੱਕ ਤੀਸਰਾ ਸਾਫ਼ ਸੁਥਰਾ ਬਦਲ ਪੈਦਾ ਕਰਨ ਲਈ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਹਮਖਿਆਲ ਪਾਰਟੀਆਂ ਓਪੋਜੀਸ਼ਨ ਦੀਆਂ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋਣ, ਕੋਈ ਵੀ ਓਪੋਜੀਸ਼ਨ ਦੀ ਵੋਟ ਪੰਜਾਬ ਦੇ ਵਿੱਚ ਡਿਵਾਈਡ ਨਾ ਹੋਵੇ, ਇੱਕ ਮਹਾਗਠਬੰਧਨ ਤਿਆਰ ਕੀਤਾ ਜਾਵੇ। ਔਰ ਇਸ ਨਜ਼ਰੀਏ ਨਾਲ ਅਸੀਂ ਪਟਿਆਲੇ ਤੋਂ 16 ਦਸੰਬਰ ਨੂੰ ਪੰਜਾਬ ਡੈਮੋਕਰੈਟਿਕ ਅਲਾਇੰਸ ਅਨਾਊਂਸ ਕੀਤਾ ਸੀ, ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ, ਬੈਂਸ ਬ੍ਰਦਰਸ, ਡਾਕਟਰ ਧਰਮਵੀਰ ਗਾਂਧੀ ਅਤੇ ਹੁਣ ਪੰਜਾਬੀ ਏਕਤਾ ਆਲਰੇਡੀ ਇਨਕਲੂਡ ਸ਼ਾਮਿਲ ਹੋ ਚੁੱਕੇ ਨੇ। ਔਰ ਅਸੀਂ ਅੱਜ ਇਹਨਾਂ ਨੂੰ ਮਿਲਣ ਆਏ ਹਾਂ ਔਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਬ੍ਰਹਮਪੁਰਾ ਸਾਹਿਬ ਬੜੇ ਤਜਰਬੇਕਾਰ ਨੇ, ਸਾਡੇ ਬਹੁਤ ਸਭ ਦੇ ਸਤਿਕਾਰਯੋਗ ਨੇ। ਮੇਰੇ ਪਿਤਾ ਜੀ ਮਰਹੂਮ ਸਰਦਾਰ ਸੁਖਜਿੰਦਰ ਸਿੰਘ ਹੋਣਾ ਨਾਲ ਇਹਨਾਂ ਨੇ ਲੰਬਾ ਅਰਸਾ ਸਹੀ ਅਕਾਲੀ ਸਪਿਰਿਟ ਵਿੱਚ ਜੇਲ੍ਹਾਂ ਕੱਟੀਆਂ, ਕੰਮ ਕੀਤਾ, ਜੂਝੇ, ਔਰ ਅਸੀਂ ਇਹਨਾਂ ਨਾਲ ਆ ਕੇ ਗੱਲ ਕੀਤੀ ਅੱਜ ਕਿ ਆਪਾਂ ਸਾਰੇ ਯਤਨ ਕਰੀਏ ਕਿ ਆਪਾਂ ਹਮ ਖਿਆਲ। ਔਰ ਮੈਨੂੰ ਖੁਸ਼ੀ ਆ ਕਿ ਇਹਨਾਂ ਨੇ ਬੜਾ ਪੋਜ਼ਿਟਿਵ ਉਹਦੇ ਵਿੱਚ ਸਾਨੂੰ ਜਿਹੜਾ ਭਰੋਸਾ ਦਿੱਤਾ ਵਾ ਕਿ ਰਾਜਨੀਤੀ ਦੇ ਵਿੱਚ ਗੱਲਬਾਤ ਕਰਨਾ ਕਿਸੇ ਨਾਲ ਵੀ ਕੋਈ ਗੁਨਾਹ ਅਤੇ ਕੋਈ ਮਨਾਹੀ ਨਹੀਂ ਗੀ। ਬਲਕਿ ਮੈਂ ਅੰਦਰ ਬੈਠੇ ਬ੍ਰਹਮਪੁਰਾ ਸਾਹਿਬ ਨੂੰ ਇਹ ਕਿਹਾ ਸੀਗਾ ਕਿ ਅਗਰ ਸਾਰੇ ਸਹਿਮਤ ਹੋਣਗੇ
ਤਾਂ ਅਗਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਂਗਰਸ ਨਾਲ ਸਮਝੌਤਾ ਨਹੀਂ ਕਰ ਰਹੀ ਦਿੱਲੀ ਵਿੱਚ ਜਾਂ ਪੰਜਾਬ ਦੇ ਵਿੱਚ, ਅਤੇ ਉਹ ਕਹਿਣ ਕਿ ਹਾਂ ਅਸੀਂ ਐਂਟੀ ਕਾਂਗਰਸ ਅਤੇ ਐਂਟੀ ਬਾਦਲ ਦਲ ਇਲੈਕਸ਼ਨ 'ਚ ਪਾਰਟੀਸਪੇਟ ਕਰਨਾ, ਅਸੀਂ ਉਹਨਾਂ ਨੂੰ ਵੀ ਕਹਾਂਗੇ ਕਿ ਆ ਜਾਣ, ਠੀਕ ਆ ਸਾਡੇ ਨਾਲ ਉਹਨਾਂ ਦਾ ਤੋੜ ਵਿਛੋੜਾ ਹੋਇਆ ਵਾ, ਪਰ ਅਲਟੀਮੇਟਲੀ ਏਮ ਕੀ ਆ? ਅਲਟੀਮੇਟਲੀ ਏਮ ਹੈ ਕਿ ਸਟੇਟ ਨੂੰ ਬਚਾਉਣਾ ਕਿੱਦਾਂ, ਪੰਜਾਬ ਦੇ ਇਸ਼ੂਜ਼ ਨੂੰ ਕਿਸ ਤਰ੍ਹਾਂ ਅਸੀਂ ਇਹਨਾਂ ਦੇ ਚੁੰਗਲ 'ਚੋਂ, ਅਸੀਂ ਇਹ ਜਿਹੜੇ ਮੈਂ ਤੁਹਾਨੂੰ ਇਸ਼ੂਜ਼ ਗਿਣਾਏ ਨੇ ਉਹਨਾਂ ਬਹੁਤ ਹੋਰ ਇਸ਼ੂਜ਼ ਨੇ, ਅਸੀਂ ਪੰਜਾਬ, ਆਵਰ ਏਮ ਇਜ਼ ਪੰਜਾਬ, ਆਵਰ ਏਮ ਇਜ਼ ਨੋਟ ਕਿ ਕੌਣ ਕਿਹਦੀ ਈਗੋ ਹੋਮੇ ਕਿਹਦੀ ਕਿਹਦੇ ਨਾਲ ਹੈਗੀ, ਨਥਿੰਗ ਡੂਇੰਗ ਐਟ ਆਲ। ਤਾਂ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ ਵਾਂ, ਔਰ ਮੈਂ ਹੁਣ ਬ੍ਰਹਮਪੁਰਾ ਸਾਹਿਬ ਨੂੰ ਕਹੂੰਗਾ ਸਗੋਂ ਕਿ, ਕਿਉਂਕਿ ਉਹਨਾਂ ਦੇ ਕੋਲ ਮਿਲ ਕੇ ਗਏ ਸੀਗੇ, ਕਿ ਅਗਰ ਉਹਨਾਂ ਨੇ ਇਕੱਲਿਆਂ ਨੇ ਇਲੈਕਸ਼ਨ ਲੜਨੀ, ਇਕੱਲੇ ਲੜਨ ਨਾਲੋਂ ਓਪੋਜੀਸ਼ਨ ਦੀ ਵੋਟ ਡਿਵਾਈਡ ਕਰਨ ਨਾਲੋਂ ਉਹ ਵੀ ਸਾਡੇ ਗੱਠਜੋੜ ਵਿੱਚ। ਸਾਹਿਬ ਆਏ ਨੇ 2019 ਦੀਆਂ ਜਿਹੜੀਆਂ ਚੋਣਾਂ ਪਾਰਲੀਮੈਂਟ ਦੀਆਂ ਉਹਦੇ ਬਾਰੇ ਵਿਚਾਰ ਕੀਤੀ ਆ, ਔਰ ਵਿਚਾਰ ਇਹ ਕੀਤੀ ਆ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਆ ਉਹਦੇ ਖਿਲਾਫ਼ ਜਿੰਨੀਆਂ ਵੀ ਸਾਰੀਆਂ ਪਾਰਟੀਆਂ ਨੇ, ਹਮਖਿਆਲ ਪਾਰਟੀਆਂ ਨੇ, ਉਹਨਾਂ ਨੂੰ ਇਕੱਠਿਆਂ ਕੀਤਾ ਜਾਵੇ, ਇਕੱਠੇ ਹੋ ਕੇ ਸਾਰੇ ਆਪਾਂ ਅਤੇ ਇਹਨਾਂ ਦੇ ਖਿਲਾਫ਼ ਲੜੀਏ, ਤਾਂ ਕਿ ਜਿਹੜੀ ਆਉਣ ਵਾਲੀ ਪਾਰਲੀਮੈਂਟ ਦੀ ਇਲੈਕਸ਼ਨ ਆ ਉਹਦੇ ਵਿੱਚ ਉਹਨਾਂ ਦੋਵਾਂ ਨੂੰ ਪੱਕੀ ਹਾਰ ਦਿੱਤੀ ਜਾਵੇ। ਸਾਰਿਆਂ ਦੇ ਵਿਚਾਰ ਬਹੁਤ ਹੀ ਵਧੀਆ ਨੇ, ਔਰ ਮੈਂ ਸਮਝਦਾ ਸਾਰੇ ਹੀ ਚਾਹੁੰਦੇ ਵੀ ਉਹਨਾਂ ਨੂੰ ਰਾਈਏ। ਤੁਹਾਡਾ ਦਿਲ ਕਿੱਧਰ ਹੈ? ਮੇਰਾ ਵੀ ਦਿਲ ਇੱਧਰ ਹੀ ਹੈ। ਆਸ਼ੀਰਵਾਦ ਕਿਹਦੇ ਤੇ ਬਈ? ਅਸੀਂ ਇੱਕੋ ਨਾ, ਅਸੀਂ ਤੇ ਇੱਕ ਟੱਬਰ ਬਣਨਾ ਚਾਹੁੰਦੇ ਹਾਂ, ਇਕੱਠੇ ਹੋਣਾ ਚਾਹੁੰਦੇ ਹਾਂ, ਇਕੱਠੇ ਹੋ ਕੇ ਅਸੀਂ ਉਹਨਾਂ ਦੇ ਖਿਲਾਫ਼ ਲੜਾਈ ਲੜਨੀ ਚਾਹੁੰਦੇ ਨਾ। ਅਲਾਇੰਸ ਕਰ ਰਹੇ ਹਾਂ, ਜਦੋਂ ਅਲਾਇੰਸ ਵੀ ਇੱਕ ਟੱਬਰ ਬਣਦਾ, ਫਿਰ ਜਦੋਂ ਅਲਾਇੰਸ ਕਰੀਦਾ ਉਹ ਵੀ ਇੱਕ ਟੱਬਰ ਬਣ ਜਾਂਦਾ। ਮੰਨ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਤੇ ਪੰਜਾਬੀ ਏਕਤਾ ਪਾਰਟੀ ਵੀ ਇਕੱਠੇ, ਤੁਸੀਂ ਹੁਣ ਇਕੱਠੇ ਹੋ ਗਏ ਜੀ? ਹਾਂਜੀ, ਸਭ ਕੁਛ ਹੋ ਗਿਆ, ਠੀਕ ਠਾਕ ਹੈ, ਸਾਡਾ ਪਹਿਲਾਂ ਵੀ ਠੀਕ ਹੈ, ਹੁਣ ਵੀ ਠੀਕ ਆ, ਅਸੀਂ ਉਹਨਾਂ ਦੇ ਖਿਲਾਫ਼ ਆ, ਇਹ ਵੀ ਪਹਿਲਾਂ ਉਹਨਾਂ ਦੇ ਖਿਲਾਫ਼ ਆ, ਹੁਣ ਇਹ ਚਾਹੁੰਦੇ ਆ ਕਿ ਸਾਰੇ ਇਕੱਠੇ ਹੋ ਕੇ ਵੋਟਾਂ ਨਾਲ ਮੰਡੀਆਂ ਜਾਣ ਤੇ ਇੱਕ ਥਾਂ ਹੋ ਕੇ ਇੱਕ ਖਿਆਲ ਨਾਲ। ਇੱਕ ਪਾਸੇ ਜਿੱਥੇ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੇ ਨਾਲ ਇਕਜੁੱਟ ਹੋ ਕੇ ਗੱਠਜੋੜ ਬਣਾਉਣ ਦੀ ਗੱਲ ਕਰ ਰਹੇ ਨੇ, ਉੱਥੇ ਹੀ ਦੂਜੇ ਪਾਸੇ ਭਗਵੰਤ ਮਾਨ ਵੱਲੋਂ ਖਹਿਰਾ ਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਨੇ। ਕੀ ਕਹਿਣਾ ਭਗਵੰਤ ਮਾਨ ਦਾ, ਜਾਣਦੇ। ਉਹ ਆਪਣੀ ਪਾਰਟੀ ਜਿਹੜੀ ਨਵੀਂ ਪੰਜਾਬੀ ਏਕਤਾ ਪਾਰਟੀ ਬਣਾਈ ਹੈ, ਉਹਦੇ ਚੋਣ ਨਿਸ਼ਾਨ 'ਤੇ, ਨਵੇਂ ਚੋਣ ਨਿਸ਼ਾਨ 'ਤੇ ਭਲੱਥ ਤੋਂ ਜਿੱਤਣ, ਸਾਬਤ ਕਰ ਦੇਣ ਇਹ ਕਿ ਭਲੱਥ ਦੇ ਲੋਕ ਜਿਹੜੇ ਉਹਨਾਂ ਨਾਲ ਨੇ। ਹਰ ਵਕਤ ਕਹਿੰਦੇ ਰਹਿੰਦੇ ਭਲੱਥ ਭਲੱਥ, ਜਾਂਦੇ ਉੱਧਰ ਹੈ ਨਹੀਂ, ਸੰਗਰੂਰ ਬਠਿੰਡਾ ਸੰਗਰੂਰ ਬਠਿੰਡਾ ਫਿਰਦੇ। ਕੀ ਮੰਨਦੇ ਤੁਸੀਂ ਇਹਨਾਂ ਦਾ, ਮਤਲਬ ਕਿ ਮਾਲਵੇ ਨੂੰ ਟਾਰਗੇਟ ਕਰਨਾ, ਅਕਾਲੀ ਦਲ ਨੂੰ ਜਿਤਾਉਣਾ ਬਠਿੰਡੇ ਤੋਂ, ਲੋਕ ਸਭਾ ਸੀਟ ਤੋਂ ਕਾਗਜ਼ ਭਰ ਕੇ, ਤਾਂ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਵੋਟਾਂ ਨੇ ਤੁਸੀਂ ਕਹਿੰਦੇ ਤੋੜ ਦਿਓ, ਇਹ ਡੀਲ ਹੋਈ ਹੈ ਅਤੇ ਹਰਸਿਮਰਤ ਕੌਰ ਨੂੰ ਜਿਤਾਉਣ ਦਾ ਜਿਹੜਾ ਮਕਸਦ ਹੈ। ਸਾਬਕਾ ਜਸਟਿਸ ਬਾਰੇ ਇਹ ਕਹਿਣਾ ਕਿ ਇਹ ਤਾਂ ਜੀ ਗੱਡੀਆਂ ਲੈਣ ਵਾਸਤੇ ਹੀ ਕੰਮ ਕਰਦੇ ਹੁੰਦੇ ਨੇ, ਫਿਰ ਆਪਣੇ ਜੀਜਾ ਜੀ ਬਾਰੇ ਕੀ ਕਹਿਣਗੇ ਜਸਟਿਸ ਰਣਜੀਤ ਸਿੰਘ? ਇਹ ਹਰ ਗਲਤੀ, ਇਹ ਐਂ ਲੱਗਦਾ ਜਿਵੇਂ ਇਕੱਲੇ ਹੀ ਸਿਆਣੇ ਰਹਿ ਗਏ ਪੰਜਾਬ 'ਚ, ਬਸ ਹੁਣ ਹਰ ਗੱਲ 'ਤੇ ਨਗੋਚਾਂ ਕੱਢੀ ਜਾਂਦੇ। ਹੁਣ ਕਹਿੰਦੇ ਕਾਂਗਰਸ 100 ਗੁਣਾ ਚੰਗੀ ਹੈ, ਉਦੋਂ ਕਾਂਗਰਸ ਨੂੰ ਗਾਲਾਂ ਕੱਢਦੇ ਸੀ। ਸੋ ਇਹ ਹੁਣ ਪਤਾ ਨਹੀਂ ਲੱਗ ਰਿਹਾ ਲੋਕ ਉਹਨਾਂ ਨੂੰ ਕਿ, ਬਾਕੀ ਪਬਲਿਕ ਹੈ, 2019 'ਚ ਦੱਸ ਦੂਗੀ ਕੌਣ ਕਿੰਨੇ ਪਾਣੀ 'ਚ। ਜੱਬਾ ਚੰਨਾ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੰਜ, ਹਰਵਿੰਦਰ ਸਿੰਘ ਹਰਪਾਲਪੁਰ ਨੂੰ ਰਾਜਪੁਰਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਕਾਰਵਾਈ ਕਰਦੇ ਹੋਏ ਹਰਪਾਲਪੁਰ ਨੂੰ 1 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਪਟਿਆਲਾ ਜੇਲ੍ਹ 'ਚ ਨਿਆਇਕ ਹਿਰਾਸਤ 'ਤੇ ਭੇਜ ਦਿੱਤਾ। ਪੇਸ਼ੀ ਭੁਗਤਣ ਤੋਂ ਬਾਅਦ ਮੁਲਜ਼ਮ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਔਰਤ ਵੱਲੋਂ ਸਾਜਿਸ਼ ਦੇ ਤਹਿਤ ਫਸਾਇਆ ਗਿਆ, ਜਿਸ ਦੇ ਪਿੱਛੇ ਮਹਾਰਾਣੀ ਪਰਨੀਤ ਕੌਰ ਦਾ ਹੱਥ ਹੈ ਤੇ ਨਾਲ ਹੀ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਕਿਹਾ ਕਿ ਜੋ ਪਰਚਾ ਦਰਜ ਕੀਤਾ ਗਿਆ ਉਹ ਬੇਬੁਨਿਆਦ ਹੈ। ਮੈਂ ਸਮਝਦਾ ਵੀ ਪੁਲਿਸ ਕੋਈ ਇੱਕ ਵੀ ਕਾਰਨ ਨਹੀਂ ਦੱਸ ਸਕੀ ਪੁਲਿਸ ਰਿਮਾਂਡ ਦਾ। ਪੁਲਿਸ ਰਿਮਾਂਡ ਮੰਗ ਜ਼ਰੂਰ ਹੋਈ ਸੀਗੀ, ਪਰ ਉਹਦੀ ਵਜ੍ਹਾ ਅਤੇ ਕਾਰਨ ਨਹੀਂ ਦੱਸ ਸਕੇ, ਇਸ ਲਈ ਮਾਨਯੋਗ ਜੱਜ ਸਾਹਿਬ ਨੇ ਜੁਡੀਸ਼ਲ ਰਿਮਾਂਡ 'ਤੇ ਜਿਹੜਾ ਭੇਜ ਦਿਆ। ਸਿਆਸਤ ਦੇ ਨਜ਼ਰੀਏ ਨਾਲ, ਸਿਆਸੀ ਨਜ਼ਰੀਏ ਨਾਲ ਇਹ FIR ਹੈ ਜਿਹੜੀ ਲਾਂਚ ਕਰਵਾਈ ਗਈ ਆ। ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਉਹ ਇਹਨੂੰ ਇਹਦੇ 'ਤੇ ਆਪਣਾ ਸਪਸ਼ਟੀਕਰਨ ਦੇਣ, ਕਿਉਂਕਿ ਗ੍ਰਹਿ ਵਿਭਾਗ ਉਹਨਾਂ ਦੇ ਕੋਲ ਹੈ, ਕਿਉਂਕਿ ਇੱਕ ਐਸੀ ਪਿਰਤ ਆ ਪੰਜਾਬ ਵਿੱਚ ਜੇ ਇੱਥੇ ਨਾ ਰੋਕੀ ਗਈ ਤਾਂ ਸਾਡਾ ਸਾਰਾ ਸਮਾਜਿਕ ਤਾਣਾ ਬਾਣਾ ਜਿਹੜਾ ਹੈਗਾ ਉਲਝ ਕੇ ਰਹਿ ਜੂਗਾ। ਮੇਰੇ ਤੇ ਜਿਹੜਾ ਮੇਰੇ ਤੇ ਜਿਹੜੀ ਜਨਾਨੀ ਨੇ ਮੇਰੇ ਵਿਰੁੱਧ ਕੰਪਲੇਂਟ ਦਿੱਤੀ ਆ, ਉਹ 3 ਕਤਲਾਂ ਦੀ ਦੋਸ਼ੀ ਆ। ਉਹਨੇ ਆਪਣਾ ਘਰਵਾਲਾ ਮਾਰਿਆ, ਆਪਣਾ ਜੇਠ ਮਾਰਿਆ, ਇੱਕ ਜਿੱਥੇ ਦੁਆਰਾ ਬਹਿ ਜਾ ਕੇ ਉਹ ਬੰਦਾ ਮਾਰਿਆ। ਬਦਨਾਮ ਜਨਾਨੀ ਹੈ, ਇਸਤਰੀ ਜਾਤੀ ਦੇ ਕਲੰਕ ਹੈ, ਸਿਰਫ ਦੇ ਸਿਰਫ ਮੇਰੇ ਜੋ ਪਰਚਾ ਉਹ ਸਿਆਸੀ ਬਦਲਾਖੋਰੀ ਕਰਕੇ ਹੋਇਆ। ਮੈਂ CBI ਤੋਂ ਇਸ ਜਨਾਨੀ ਦੀ ਤਫਤੀਸ਼ ਕਰਾਵਾਂਗਾ ਤਾਂ ਜੋ 3 ਕੀਤੇ ਕਤਲ ਉਹਦੇ ਸਾਹਮਣੇ ਆ ਸਕਣ ਲੋਕਾਂ ਦੇ। 2 ਸਾਲ ਪਹਿਲਾਂ ਆਪਣੀ ਕੁੜੀ ਤੋਂ
376 का किसी के परचा कराया 7 लाख रुपया लेके उन्हें समझौता किया मूँह मलाई लग गई। मैं निश्चय नाल कहना कि मैं वो मूँह मलाई लगी लोगों को हटावगा जे अज मैनू भी इन्हों इंसाफ मिला किसी होर दे परचा कराएगी। तो जो परचा होया महाराणी परनीत कौर करके दी सह दे नाल ते मदन जलालपुर दे ने निजी तौर पर करवाया। उच्च ताकती चोन कमेटी वालों बीते दिन अहुदे तो हटाए गए सबका सीबीआई डायरेक्टर आलोक वर्मा ने फायर सर्विसेज सिविल डिफेंस से होम गार्ड्स के डायरेक्टर जनरल फौजो चार्ज लैंड तो इनकार करद अस्तीफा दे दिता है। उन्हें सरकार को कहा कि उस दियां सेवावां तुरंत प्रभाव नाल मुकम्मल होईयां मनियां जा। वर्मा ने परसोनल ते ट्रेनिंग विभाग के सकत्तर नूं लिखिया कि उच्च ताकती चोन कमेटी ने उसनूं सीवीसी की रिपोर्ट के विच लगाए गए दोषां बारे अपना पक्ष करन दा मौका ही नहीं देता। मुख्यमंत्री पंजाब कैप्टन अमरिंदर सिंह नूं मुड़ तो सेहत संबंधी आम चैकअप दे लई पीजीआई लजाया गया। कैप्टन जिन्हां दा गुरदे की पत्थरी का ऑपरेशन होया सी ते आम चैकअप दे लई कैप्टन नूं डॉक्टरां वल्लों चैकअप दे लई समां बंद कीता गया सी। दसन योग है कि 76 साल कैप्टन अमरिंदर सिंह नूं इस तों पहलां भी वायरल बुखार खून करके पीजीआई दे विच दाखिल करवाया गया सी। विरोधी धिर के आगू हरपाल चीमा ने फिल्म द एक्सीडेंटल प्राइम मिनिस्टर से बोलदिया कहा कि सबका प्रधानमंत्री डॉक्टर मनमोहन सिंह चंगे इंसान ने पर फिल्म के विच उन्होंने चरित्र नूं गलत तरीके दे नाल पेश किया गया। चीमा ने भी कहा कि फिल्म तो प्रधानमंत्री नरेंद्र मोदी से भी बननी चाहिए जिसका नाम भी फेकू प्रधानमंत्री होना चाहिए। इस तों अलावा उन्होंने सुखपाल खहरा की नवी बनाई पार्टी से बोलदिया कहा कि चोणों तो पहला अजिहियां कई पार्टियां बनदिया ने पर इन्हों का कोई भी वजूद नहीं हुंदा। देखो डॉक्टर मनमोहन सिंह भारत के प्रधानमंत्री 10 साल रहे ने गे उन्होंने काफ़ी अच्छा काम किया। उन्होंने जी परसनल परसनैलिटी है उन्होंने कोई किंतु परंतु नहीं करना चाहिए क्योंकि उन्होंने बतौर एक प्रधानमंत्री उन्होंने कोई जी हैगी उंगली नहीं उठा सके अज तक। पर मैं समझदा गया इस तरह के फिल्मा जगिया ने गिया जरफा फिल्मा बनाया वो भी इलैक्शन के नेड़े आके बहुत माड़ी गल आ। कल तो कल जाके आने वाले समय देखोगे मोदी साहब की फिल्म बनने वाली है। मैं कहना फेंकू प्रधानमंत्री है हर हर गल उन्हें जी है देश झूठ बोलिया 2 करोड़ नौकरियां दे दूंगा हिंदुस्तान के लोगों को हर घर के 15 लाख रुपया आजगा काला धन विदेशों से बाहर लिया देंगे और काला धन बाहर नहीं आया होर 50% होर जमा कराता। सो इस तरह ने गल्लां मोदी साहब ने कीतियां। मोदी साहब ने तो हिंदुस्तान च काम ही कुछ नहीं किया गया। सो जो मैं कहना मोदी साहब की फिल्म बननी चाहिए सी। देखो जो कोई नवी पार्टी बनती है बड़ी जल्दी नियुक्तियां आउंदियां नेगियां। ये पार्टियां ने जिहड़ियां इलैक्शन तो पहला जिहड़ियां उगदियां नेगियां पैदा होंदियां नेगियां और इलैक्शन तो बाद खत्म हो जांदियां ने। इस तरह दी पार्टियां पहला ही पंजाब च बहुत सारियां जदों चोणां आउंदियां ने 2017 तुसीं रिकॉर्ड कट के देख लो बहुत सारी पार्टियां बनिया किसी 500 पाई किसी 400 पाई खत्म हो चुकी हैं। यही हाल इन्होंने पार्टी का होना क्योंकि इन्होंने पार्टियों का कोई एजेंडा नहीं। ये वो लोग ने जो मौका प्रस्त लोग ने गे जे हमेशा मौका प्रस्ती राजनीति करते हैं यह लोगों को लोग मूँह नहीं लाते। पाकिस्तान के पंजाब सूबे के राजपाल का लोग संपर्क अधिकारी एक सिख नियुक्त किया गया। इस अहदे से नियुक्त होने वाला पवन सिंह पहला सिख है जिसनों यह अहदा मिले ते पवन लेंदे पंजाब दे राजपाल चौधरी मुहम्मद सरवर ते लोक संपर्क अधिकारी होणगे। तो उन्हें भी दस दईए कि पवन सिंह पहला ननकाणा साहिब जिले के लोक संपर्क अधिकारी सन। चीफ खालसा दीवान दियां बोग्स वोटां दी सुनवाई दे दौरान अदालत ने चोणां ते रोक हटा दी है ते दीवान दियां चोणां फरवरी दे विच होण दी संभावना है। अदालत ने पिछले 3 दिनों तो लगातार सुनवाई तो बाद इस मामले दे विच फैसला सुनाया ते इस लई चोणां ते लाई रोक खत्म कर दी गई है ते बोग्स वोटां दी जांच संबंधी चल रही सुनवाई की अगली तारीख 30 जनवरी निर्धारित की गई है। दीवान दे ऑनररी सकत्तर नरेंद्र सिंह खुराना ने इस गल की पुष्टि की है ते उन्हां दस्सिया है कि हुण जल्दी ही दीवान दियां कार्ज साधक कमेटी की मीटिंग सदी जाएगी ते जिस दे विच आम चोणां की तारीख बारे विचार करके जनरल हाउस की चोणां संबंधी मीटिंग भी सदी जाएगी ते फरवरी के पहले या दूजे हफ्ते चोण प्रक्रिया होगी। श्रोमणी अकाली दल के प्रधान सुखबीर सिंह बादल ने आ रही लोग सभा चोणों के लिए पार्टी का चोन मैनीफेस्टो तैयार करने के लिए पार्टी के सीनियर आगुआ से आधारित 17 मैंबरी चोन मैनीफेस्टो कमेटी बनाने का ऐलान कर दिया है। पार्टी के सीनियर आगू बलविंदर सिंह भूंदड़ इस कमेटी के चेयरमैन
ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਵਾਈਸ ਚੇਅਰਮੈਨ ਤੇ ਡਾਕਟਰ ਦਲਜੀਤ ਸਿੰਘ ਚੀਮਾ ਕਮੇਟੀ ਦੇ ਮੈਂਬਰ ਸਕੱਤਰ ਹੋਣਗੇ ਤੇ ਇਸ ਤੋਂ ਇਲਾਵਾ ਪਾਰਟੀ ਦੇ ਹੋਰ 14 ਆਗੂਆਂ ਨੂੰ ਚੋਣ ਮੈਨੀਫੈਸਟੋ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਹਨਾਂ ਦੇ ਵਿੱਚ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ, ਮਹੇਸ਼ ਇੰਦਰ ਸਿੰਘ ਗਰੇਵਾਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਸ਼ਾ, ਜਨਮੇਜਾ ਸਿੰਘ ਸੇਖੋਂ, ਪ੍ਰੋਫੈਸਰ ਗਿਰਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ, ਬਿਕਰਮ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਗੁਲਜਾਰ ਸਿੰਘ ਰਣੀਕੇ, ਨਰੇਸ਼ ਗੁਜਰਾਲ, ਪਰਮਿੰਦਰ ਸਿੰਘ ਢੀਂਡਸਾ, ਹੀਰਾ ਸਿੰਘ ਗਾਬੜੀਆ, ਪਵਨ ਕੁਮਾਰ ਟੀਨੂ ਤੇ ਹਰਚਰਨ ਸਿੰਘ ਬੈਂਸ ਦੇ ਨਾਮ ਸ਼ਾਮਿਲ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੰਡੀ ਗੋਬਿੰਦਗੜ੍ਹ ਪਹੁੰਚੇ ਤੇ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਕੋਲ ਸਰਕਾਰ ਚਲਾਉਣ ਦਾ ਕੋਈ ਵੀ ਤਜਰਬਾ ਨਹੀਂ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਭਾਜਪਾ ਵੀ ਅਜਿਹੇ ਹਾਲਾਤਾਂ ਦੇ ਵਿੱਚ ਹਰ ਵਰਗ ਨੂੰ ਸਾਰੀਆਂ ਸਹੂਲਤਾਂ ਦਿੰਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਏ ਨੇਤਾਵਾਂ ਬਾਰੇ ਪੁੱਛਣ ਤੇ ਸਵਾਲ ਦੇ ਜਵਾਬ ਦੇ ਵਿੱਚ ਬਾਦਲ ਨੇ ਕਿਹਾ ਕਿ ਪਾਰਟੀ ਦੇ ਲਈ ਕੋਈ ਵੀ ਵਿਅਕਤੀ ਅਹਿਮ ਨਹੀਂ ਹੁੰਦਾ। ਸਟੇਟ ਲੈਵਲ ਤੇ ਕੋਈ ਡੈਮੋਕਰੇਸੀ ਨਹੀਂ, ਜ਼ਿਲ੍ਹਾ ਪ੍ਰੀਸ਼ਦ ਦੇ ਵੀ ਇਲੈਕਸ਼ਨ ਹੋਏ, ਲੋਕਲ ਬਾਡੀਜ਼ ਦੇ ਵੀ ਹੋਏ ਜਾਂ ਪੰਚਾਇਤਾਂ ਦੇ ਹੋਏ, ਇਹ ਇਲੈਕਸ਼ਨ ਹੈ ਤਾਂ ਇਹ ਇੱਕ ਡੈਮੋਕਰੇਸੀ ਦੀ ਬੁਨਿਆਦ ਹੈ। ਜੇ ਬੁਨਿਆਦ ਨੂੰ ਹੀ ਤੁਸੀਂ ਖਰਾਬ ਕਰੋਗੇ ਤਾਂ ਡੈਮੋਕਰੇਸੀ ਪ੍ਰਫੁੱਲਿਤ ਕਿਵੇਂ ਕਰੂਗੀ? ਇੱਦੋਂ ਤਾਂ ਇਹ ਕਰਦੇ ਨੇ ਵੀ ਜਿਹੜੀ ਗੌਰਮੈਂਟ ਆਵੇ ਉਹ ਨੋਮੀਨੇਟ ਕਰਦੇ, ਨਾ ਲੋਕ ਔਖੇ ਹੋਣ, ਨਾ ਲੋਕਾਂ 'ਚ ਝਗੜੇ ਪੈਦਾ ਹੋਣ, ਹਰ ਪਿੰਡ 'ਚ ਲੜਾਈ ਪੈਦਾ ਕਰਦੀ, ਹਰ ਸ਼ਹਿਰ 'ਚ ਇੱਕ ਦੂਜੇ ਨਾਲ ਨਫ਼ਰਤ ਪੈਦਾ ਕਰਦੀ। ਮੈਨੂੰ ਪਤਾ ਜੀ, ਮੈਂ ਹੁਣ ਕੀ ਕਰੀਏ ਜੀ, ਹੁਣ ਇਹ ਜਿਹੜਾ ਇਲੈਕਸ਼ਨ ਹੋ ਜਾਂਦਾ ਉਹਦੀ ਅਗਾਂਹ ਪਟੀਸ਼ਨ ਹੀ ਹੁੰਦੀ ਹੈ, ਹੋਰ ਤਾਂ ਕੋਈ ਹੋ ਨਹੀਂ ਸਕਦਾ। ਉਧਰ ਅੰਮ੍ਰਿਤਸਰ ਦੀ ਵੱਲਾ ਨਹਿਰ ਦੇ ਨਜ਼ਦੀਕ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਨਹਿਰ ਦੇ ਵਿੱਚ ਟਰਾਲੀ ਪਲਟਣ ਦੇ ਕਾਰਨ 5 ਲੋਕਾਂ ਦੀ ਹੀ ਮੌਤ ਹੋ ਗਈ ਤੇ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਸ ਬਾਬਤ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਅਸੀਂ ਜੁੜਾਂਗੇ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਸੁਖਚੈਨ ਦੇ ਨਾਲ ਤੇ ਜਾਣਾਂਗੇ ਕੀ ਹੋਇਆ ਆਖਿਰਕਾਰ। ਜੀ ਸੁਖਚੈਨ, ਬਿਲਕੁਲ, ਕੁਛ ਜੋ 10 ਗਰੀਬ ਲੋਕ ਜੋ ਕਿ ਪਿੰਡ ਨੂੰ ਸ਼ਹਿਰ ਸਮਾਨ ਲੈਣ ਜਾ ਰਹੇ ਸਨ, ਹਾਲਾਂਕਿ ਜਦੋਂ ਉਹ ਮਹਿਤਾ ਚੌਂਕ ਤੋਂ ਵੱਲੇ ਮੋੜ ਵੱਲ ਐਂਟਰ ਕੀਤੇ, ਸ਼ਹਿਰ ਵੱਲ ਐਂਟਰ ਕੀਤੇ ਤਾਂ ਮੋੜ ਦੇ ਉੱਪਰ ਟਰਾਲੀ ਦਾ ਸਪੀਡ ਜ਼ਿਆਦਾ ਹੋਣ ਕਰਕੇ ਉਹ ਟਰਾਲੀ ਸੜਕ ਤੋਂ ਨੀਵੀਂ ਜਗ੍ਹਾ 'ਤੇ ਪਲਟ ਗਈ, ਜਿਸ ਕਾਰਨ 5 ਲੋਕਾਂ ਦੀ ਉੱਥੇ ਮੌਤ ਹੋ ਗਈ ਹੈ ਔਰ 4 ਤੋਂ 5 ਦੇ ਗਰੀਬ ਜੋ ਕਿ ਫੱਟੜ ਉੱਥੇ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਕਿ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਦੇ ਲਈ ਦਾਖਲ ਕਰਾਇਆ ਗਿਆ ਹੈ। ਹਾਲਾਂਕਿ ਇਹਦੇ ਵਿੱਚ ਦੱਸੀਏ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਆਖਿਰ ਹੋਰ ਕੀ ਕਾਰਨ ਹੋ ਸਕਦੇ ਹਨ ਕਿ ਜਿਸ ਕਰਕੇ ਇੰਨਾ ਦਰਦਨਾਕ ਹਾਦਸਾ ਵਾਪਰਿਆ ਔਰ 5 ਲੋਕਾਂ ਦੀ ਮੌਤ ਹੋ ਗਈ ਹੈ। ਜੀ ਜੀ ਸੁਖਚੈਨ, ਪਰ ਥੋੜ੍ਹੀ ਜਾਣਕਾਰੀ ਦਿਓ ਕਿ ਨਹਿਰ ਦੇ ਵਿੱਚ ਟਰਾਲੀ ਦਾ ਇਹ ਕਦਰ ਪਲਟ ਜਾਣਾ, ਹਨਾ, ਕਿ ਪੁਲ ਕੋਈ ਤੰਗ ਹੈ ਜਾਂ ਕੋਈ ਰਸਤਾ ਕੱਚਾ ਜਾਂ ਕੋਈ ਹੋਰ ਪ੍ਰੋਬਲਮ ਹੈ? ਜੀ ਸੜਕ ਤਾਂ ਉੱਥੇ ਜੋ ਰੋਡ ਹੈ ਉਹ 2-way ਹੈ, NH1 ਜੋ ਹਾਈਵੇ ਹੈ ਉੱਥੇ ਸੜਕ ਤੰਗ ਨਹੀਂ ਹੈ। ਹਾਲਾਂਕਿ ਟਰਾਲੀ ਦੀ ਜੋ ਸਪੀਡ ਉਹ ਥੋੜ੍ਹੀ ਜਿਹੀ ਜ਼ਿਆਦਾ ਦੱਸੀ ਜਾ ਰਹੀ ਹੈ, ਉਹਨੂੰ ਜੋ ਮੋੜ ਦੇ ਉੱਪਰ ਉਹਨੂੰ ਚਾਲਕ ਕੋਲੋਂ ਜੋ ਟਰਾਲੀ ਜੋ ਸੀ ਕੰਟਰੋਲ ਤੋਂ ਬਾਹਰ ਹੋ ਗਈ, ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਜੀ ਜੀ ਬਹੁਤ ਬਹੁਤ ਧੰਨਵਾਦ ਸੁਖਚੈਨ, ਤੁਸੀਂ ਸਾਡੇ ਨਾਲ ਜੁੜੇ ਤੇ ਦਰਸ਼ਕਾਂ ਨੂੰ ਅਹਿਮ ਜਾਣਕਾਰੀ ਦਿੱਤੀ ਤੇ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਵੱਲਾ ਨਹਿਰ ਦੇ ਨਜ਼ਦੀਕ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਇੱਕ ਟਰਾਲੀ ਜਿਸ ਦੇ ਪਲਟਣ ਦੇ ਨਾਲ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਖਬਰਾਂ ਦੇ ਇਸ ਬਟਨ ਵਿੱਚ ਆਉਣਾ ਹੀ, ਨਵੇਂ ਤੇ ਤਾਜ਼ਾ ਖਬਰਾਂ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਨਵਦੀਪ ਧਾਲੀਵਾਲ ਨੂੰ ਦੋ ਇਜਾਜ਼ਤ, ਧੰਨਵਾਦ।